ਵਾਹ, ਅੱਜ ਤੇ ਮੇਰੀਆਂ ਦੋਨੋਂ ਰਾਜਕੁਮਾਰੀਆਂ ਬੜੀਆਂ ਪਿਆਰੀਆਂ ਲੱਗ ਰਹੀਆਂ ਨੇ। ਮੇਰੀ ਤਾਂ ਦੋਨੇ ਧੀਆਂ ਹੈ ਹੀ ਪਰੀਆਂ। ਪਰ ਮੰਮੀ, ਆਪਾਂ ਜਿੰਨਾ ਸੱਜ ਧੱਜ ਕੇ ਕਿਉਂ ਜਾ ਰਹੇ ਹਾਂ, ਜਦਕਿ ਸਾਡਾ ਤਾਂ ਕੋਈ ਲੈਣਾ ਦੇਣਾ ਵੀ ਨਹੀਂ ਹੈਗਾ ਉਹਨਾਂ ਲੋਕਾਂ ਨਾਲ। ਅੱਜ ਲੈਣਾ ਦੇਣਾ ਨਹੀਂ, ਇਹਦਾ ਮਤਲਬ ਇਹ ਨਹੀਂ ਕਿ ਅੱਗੇ ਵੀ ਨਹੀਂ ਹੋਏਗਾ। ਪਿਛਲੀ ਪਾਰਟੀ 'ਚ ਜੋ ਹੋਇਆ ਸੀ ਉਹ ਤਾਂ ਯਾਦ ਹੀ ਹੋਏਗਾ ਨਾ। ਮੈਂ ਤਾਂ ਕਹਿੰਦੀ ਹਾਂ ਕਿ ਫਿਰ ਵੀ ਦਿਲਜੀਤ ਜੀ ਦਾ ਦਿਲ ਕਿੰਨਾ ਵੱਡਾ ਹੈ ਜੋ ਸਾਨੂੰ ਅੱਜ ਆਪਣੀ ਪਾਰਟੀ ਦੇ ਵਿੱਚ ਸੱਦ ਲਿਆ। ਹੁਣ ਜੇ ਪਾਰਟੀ 'ਤੇ ਚੱਲੇ ਹਾਂ, ਤਿਆਰ ਤਾਂ ਹੋ ਕੇ ਹੀ ਜਾਵਾਂਗੇ ਨਾ। ਅਤੇ ਹੀਰ, ਤੂੰ ਕੰਨ ਖੋਲ੍ਹ ਕੇ ਮੇਰੀ ਗੱਲ ਸੁਣ ਲੈ, ਅੱਜ ਕੋਈ ਗਲਤੀ ਨਹੀਂ ਹੋਣੀ ਚਾਹੀਦੀ। ਸਮਝ ਰਹੀ ਹੈ ਨਾ, ਇੱਦਾਂ ਤਾਂ ਤੂੰ ਹਰ ਵਾਰ ਕਰਦੀ ਹੈ ਪਰ ਫਿਰ ਵੀ ਕੋਈ ਨਾ ਕੋਈ ਸਿਆਪਾ ਤੇ ਪਾ ਹੀ ਦਿੰਦੀ ਹੈ। ਅੱਜ ਤੂੰ ਮੇਰੇ ਨਾਲ ਵਾਅਦਾ ਕਰੇਂਗੀ ਕਿ ਚਾਹੇ ਦੁਨੀਆ ਇੱਧਰ ਦੀ ਉੱਧਰ ਹੋ ਜਾਏ, ਤੂੰ ਕੁਛ ਪੁੱਠਾ ਸਿੱਧਾ ਨਹੀਂ ਕਰੇਗੀ। ਵਾਅਦਾ ਕਰ। ਪਾਪਾ ਜੀ, ਬਸ ਅੱਜ ਮੇਰੇ ਤੋਂ ਕੋਈ ਗਲਤੀ ਨਾ ਹੋਵੇ, ਸਭ ਕੁਛ ਠੀਕ ਠਾਕ ਚੰਗੀ ਤਰ੍ਹਾਂ ਹੋ ਜਾਏ। ਬੜਾ ਹੀ ਅਜੀਬ ਲੱਗ ਰਿਹਾ ਯਾਰ ਸੱਚੀ। ਅੱਜ ਤੱਕ ਚਾਚਾ ਤੇ ਇੱਥੇ ਆਈ ਹਾਂ, ਕਿਸੇ ਨਾ ਕਿਸੇ ਕੰਮ ਤੋਂ ਹੀ ਆਈ ਹਾਂ, ਪਰ ਹਰ ਵਾਰ ਕੋਈ ਨਾ ਕੋਈ ਹੰਗਾਮਾ ਹੋਇਆ। ਕਦੀ ਜ਼ਿੰਦਗੀ 'ਚ ਨਹੀਂ ਸੋਚਿਆ ਸੀ ਕਿ ਇੱਥੇ ਇੱਦਾਂ ਆਵਾਂਗੀ। ਰੋਡ ਸਾਈਡ ਗਵਾਰ ਇੱਥੇ ਡਾਊਨਲੋਡ ਕਰੋ Z5 ਐਪ ਤੇ ਵੇਖੋ ਆਪਣੇ ਪਸੰਦੀਦਾ ਸ਼ੋਜ਼ ਦੇ ਸਾਰੇ ਐਪੀਸੋਡ ਕਿਤੇ ਵੀ ਕਦੇ ਵੀ ਬਿਲਕੁਲ ਮੁਫਤ।